ਦੇਸ ਪ੍ਰਦੇਸ ਪ੍ਰੋਗਰਾਮ ਨਾਲ ਜੁੜੇ ਹੋਏ ਤਮਾਮ ਦਰਸ਼ਕਾਂ ਦਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ ਹੈ ਜੀ। ਫੇਸਬੁੱਕ ਦੇ ਉੱਪਰ ਤੁਹਾਡੇ ਸਵਾਲ ਜਿਹੜੇ ਨੇ ਕਾਫੀ ਵਡਮੁੱਲੇ ਨੇ, ਜਿਹੜੇ ਵਿਸ਼ੇਸ਼ ਤੌਰ ਤੇ ਅਸੀਂ ਸੈਪਟੈਂਬਰ ਇਨਟੇਕ ਔਰ ਜਨਵਰੀ ਇਨਟੇਕ ਕੈਨੇਡਾ ਲਈ ਡਿਸਕਸ ਕਰਾਂਗੇ। ਬਹੁਤ ਸਾਰੇ ਵਿਦਿਆਰਥੀਆਂ ਨੇ ਸਾਨੂੰ ਜ਼ਿਕਰ ਕੀਤਾ ਕਿ ਅਸੀਂ ਆਪਣੇ ਸ਼ੋਅ ਦੇ ਵਿੱਚ ਕਦੇ ਉਹਨਾਂ ਵਿਦਿਆਰਥੀਆਂ ਦੀ ਗੱਲ ਨਹੀਂ ਕਰ ਰਹੇ ਜਿਹੜੇ ਯੂਕੇ ਜਾਣਾ ਚਾਹੁੰਦੇ ਆ, ਆਇਰਲੈਂਡ ਜਾਣਾ ਚਾਹੁੰਦੇ ਆ। ਸੋ ਉਹਨਾਂ ਦੀਆਂ ਆਪਸ਼ਨਸ ਕੀ ਹੋਣਗੀਆਂ, ਕਿਵੇਂ ਉਹ ਜਾ ਸਕਦੇ ਨੇ, ਸੈਟਲਮੈਂਟ ਦੇ ਪਲਾਨਸ ਕੀ ਹੋਣਗੇ, ਸੋ ਕਾਫੀ ਸਾਰੀਆਂ ਗੱਲਾਂ ਬਾਤਾਂ। ਐਕਸਪਰਟ ਕੰਪਨੀ ਹੈ ਜੀ, ਵਿਸ਼ੇਸ਼ ਤੌਰ ਤੇ ਗਲੋਬਲ ਓਪਰਚੁਨਿਟੀ ਤੋਂ ਦੋ ਐਕਸਪਰਟ ਸਾਡੇ ਨਾਲ ਇਸ ਵਕਤ ਜੁੜੇ ਹਨ ਜੀ, ਰੂਪਲ ਮਲਹੋਤਰਾ ਤੇ ਸਿਧਾਰ ਜੀ। ਰੂਪਲ ਬਹੁਤ ਬਹੁਤ ਸਵਾਗਤ ਤੁਹਾਡਾ, ਤੇ ਨਾਲ ਹੀ ਸਿਧਾਰ ਜੀ ਤੁਹਾਡੇ ਬਹੁਤ ਸਵਾਗਤ ਕਰਨਾ ਚਾਹੁੰਗਾ। ਸਿਧਾਰ ਜੀ ਤੁਹਾਡੇ ਵੱਲ ਮੈਂ ਆਊਂਗਾ। ਸਪੈਸ਼ਲੀ ਸਿਧਾਰ ਜੀ ਨੇ ਮੈਨੂੰ ਨੋਟ ਕਰਾਇਆ ਕਿ 9 ਤਰੀਕ ਤੋਂ ਲੈ ਕੇ ਪੰਜਾਬ ਜਾਂ ਦਿੱਲੀ ਦੇ ਵਿੱਚ, 5 ਤੋਂ ਵੈਸੇ ਇਹਨਾਂ ਦਾ ਚੇਨਈ ਦੇ ਵਿੱਚ ਸ਼ੁਰੂ ਹੋ ਰਿਹਾ ਐਜੂਕੇਸ਼ਨ ਫੇਅਰ। ਸਭ ਤੋਂ ਵਿਲੱਖਣਤਾ ਇਹਦੀ ਇਹ ਹੈ ਕਿ ਇਹਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ। ਸੋ ਵਿਦਿਆਰਥੀਆਂ ਲਈ ਇੱਕੋ ਛੱਤ ਥੱਲੇ ਕਿਸੇ ਵੀ ਕਾਲਜਸ, ਕਿਸੇ ਵੀ ਪ੍ਰੋਗਰਾਮ, ਕਿਸੇ ਵੀ ਪ੍ਰੋਵਿੰਸ, ਸਟੇਟ ਜਾਂ ਕੋਈ ਆਪਸ਼ਨਸ ਦੀ ਜਿਹੜੀ ਗੱਲ ਹੈਗੀ ਉਹਨੂੰ ਵਾਰ ਵਾਰ ਕਿਤੇ ਨਹੀਂ ਜਾਣਾ ਪਏਗਾ, ਉਹ ਆਪਣੀ ਘਰੇ ਪ੍ਰੀ ਪਲਾਨਿੰਗ ਜਿਹੜੀ ਹੈ ਕਰਕੇ ਆ ਸਕਦਾ ਹੈ। ਸੋ ਮੈਂ ਥੋੜ੍ਹੀ ਜਿਹੀ ਅਨਾਊਂਸਮੈਂਟ ਕਰਨੀ ਚਾਹੂੰਗਾ ਕਿ 9 ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ, ਇਹ ਦਫ਼ਤਰਾਂ ਦੇ ਵਿੱਚ ਕਰ ਰਹੇ ਹੋ ਜੀ ਤੁਸੀਂ? ਨਹੀਂ ਜੀ, ਇਹ ਹੋਟਲਾਂ ਵਿੱਚ ਹੈ। ਸਾਰੇ ਹੋਟਲਾਂ? ਹਾਂਜੀ ਹਾਂਜੀ। ਸੋ ਜਿਹੜਾ ਇਹਨਾਂ ਦੀ ਡਿਟੇਲ ਹੈਗੀ ਉਹ ਟੀ ਵੀ ਸਕਰੀਨ 'ਤੇ ਫਲੈਸ਼ ਕੀਤੀ ਜਾ ਰਹੀ ਹੈ, ਤੁਸੀਂ ਨੋਟ ਕਰ ਸਕਦੇ ਹੋ। ਮੈਂ ਜਿਹੜੀ ਸਿਰਫ ਤਰੀਕ ਔਰ ਸ਼ਹਿਰ ਬੋਲੂੰਗਾ, ਆਪਣੇ ਸ਼ਹਿਰ ਦੇ ਮੁਤਾਬਕ ਨੋਟ ਕਰ ਲਓ। ਔਰ ਵੈਨਿਊ ਟੀ ਵੀ ਸਕਰੀਨ 'ਤੇ ਤੁਹਾਡਾ ਹੈਗਾ 9 ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਹੈਗਾ, 10 ਨੂੰ ਜਲੰਧਰ ਹੈ, 11 ਨੂੰ ਲੁਧਿਆਣਾ ਹੈ, 12 ਨੂੰ ਚੰਡੀਗੜ੍ਹ ਅਤੇ 14 ਨੂੰ ਜਿਹੜਾ ਹੈਗਾ ਦਿੱਲੀ ਦੇ ਵਿੱਚ ਹੈਗਾ। ਇਹਦੇ ਵਿੱਚ ਜ਼ਿਆਦਾਤਰ ਤੁਸੀਂ ਕਿਸ ਚੀਜ਼ ਨੂੰ ਫੋਕਸ ਕਰਨ ਜਾ ਰਹੇ ਹੋ? 100 ਤੋਂ ਵੱਧ ਇੰਸਟੀਟਿਊਸ਼ਨਸ ਜਿਹੜੇ ਨੇ ਉਹ ਆਸਟ੍ਰੇਲੀਆ ਨੂੰ ਜ਼ਿਆਦਾ ਫੋਕਸ ਕਰ ਰਹੇ ਹੋ ਜਾਂ ਕੈਨੇਡਾ ਨੂੰ? ਰਣਵੀਰ ਜੀ, ਇਹ ਜਿਹੜੇ ਸਾਡੇ ਗਲੋਬਲ ਫੇਅਰਸ ਹੈ, ਸਾਨੂੰ ਇੱਕ ਅਤੇ 12 ਸਾਲ ਹੋ ਗਏ ਹੈ। ਓਕੇ। ਅਤੇ ਸਾਡਾ ਜਿਹੜਾ ਸਭ ਤੋਂ ਵੱਡਾ ਈਵੈਂਟ ਹੁੰਦਾ ਉਹ ਸਪਟੈਂਬਰ ਵਿੱਚ ਹੁੰਦਾ ਹੈ, ਅਤੇ ਜਿਹਦੇ ਵਿੱਚ ਸਾਡੇ ਕੋਲ 100+ ਇੰਸਟੀਟਿਊਸ਼ਨਸ ਅਕਰੋਸ ਦਾ ਵਰਲਡ ਆਉਂਦੀ ਹੈ, ਯੂਕੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਦੁਬਈ, USA, ਮਲੇਸ਼ੀਆ, ਜਰਮਨੀ, ਹਰ ਪਾਸੋਂ ਆ ਰਹੀ ਹੈ। ਅਤੇ ਇਹਦੇ ਵਿੱਚ ਸਾਡਾ ਜਿਹੜਾ ਫੋਕਸ ਕੋਈ ਪਰਟੀਕੁਲਰ ਕੰਟਰੀ ਨਹੀਂ ਹੈ, ਸਾਡਾ ਸਾਡਾ ਫੋਕਸ ਹੈ ਐਜੂਕੇਸ਼ਨ ਪਲੇਟਫਾਰਮ ਸਟੂਡੈਂਟਸ ਨੂੰ ਪ੍ਰੋਵਾਈਡ ਕਰਨਾ। ਇਹਦੇ ਵਿੱਚ ਬਿਕੋਜ਼ ਸਟੂਡੈਂਟਸ ਕੋਲ ਇੰਨੀ ਕੰਟਰੀਜ਼ ਦੀ ਆਪਸ਼ਨਸ ਹੈਗੀਆਂ ਅਤੇ ਇੰਨੇ ਜ਼ਿਆਦਾ ਡੈਲੀਗੇਟਸ ਬਾਹਰੋਂ ਆ ਰਹੇ ਹੈ, ਸਟੂਡੈਂਟਸ ਨੂੰ ਇੱਕ ਪਲੇਟਫਾਰਮ ਮਿਲਦਾ, ਆਈ ਵੁੱਡ ਸੇ ਉਹਨਾਂ ਨੂੰ ਮਿਲਦਾ ਵਨ ਸਟੋਪ ਸੋਲਿਊਸ਼ਨ ਮਿਲਦਾ, ਜਿਹਦੇ ਵਿੱਚ ਸਟੂਡੈਂਟਸ ਜੇ ਕੋਈ ਦੋ ਕੰਟਰੀਆਂ ਵਿੱਚ ਕਨਫਿਊਜ਼ ਹੋ ਕੇ ਆਪਣੇ ਕਨਫਿਊਜ਼ਨ ਕਲੀਅਰ ਕਰ ਸਕਦੇ ਆ, ਦੋ ਕੰਟਰੀਜ਼ ਦਾ ਕੰਪੈਰੀਜ਼ਨ ਲੈ ਸਕਦੇ ਆ, ਡੈਲੀਗੇਟਸ ਨੂੰ ਮਿਲ ਸਕਦੇ ਆ, ਐਂਟਰੀ ਰਿਕੁਆਇਰਮੈਂਟਸ ਲੈ ਸਕਦੇ ਆ, ਆਪਣੀ ਐਲੀਜੀਬਿਲਟੀ ਵੇਖ ਸਕਦੇ ਆ, ਸਕਾਲਰਸ਼ਿਪਸ ਵੇਖ ਸਕਦੇ ਆ। ਅਤੇ ਫੋਰ ਮੀ ਆਈ ਥਿੰਕ ਕਿ ਸਟੂਡੈਂਟਸ ਲਈ ਬਹੁਤ ਚੰਗਾ ਇੱਕ ਪਲੇਟਫਾਰਮ ਹੈ ਜਿਹਦੇ ਵਿੱਚ ਉਹ ਵੱਖ ਵੱਖ ਕੰਟਰੀਜ਼ ਦੇ ਡੈਲੀਗੇਟਸ ਨੂੰ ਮਿਲਣ ਦਾ ਮੌਕਾ ਵੀ ਮਿਲੇਗਾ। ਅਤੇ ਨਾਲ ਨਾਲ ਸਭ ਤੋਂ ਜਿਹੜੀ ਮੈਨੂੰ ਚੀਜ਼ ਇਹ ਪਲੱਸ ਪੁਆਇੰਟ ਲੱਗ ਰਿਹਾ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ 40-45% ਵਾਲੇ ਮਾਯੂਸ ਹੋ ਜਾਂਦੇ ਨੇ ਕਿ ਕਿੱਥੇ ਜਾਈਏ। ਜਿਵੇਂ ਸਿਧਾਰ ਜੀ ਉਹਨਾਂ ਨੇ ਗੱਲ ਕੀਤੀ ਕਿ ਦੁਬਈ ਤੱਕ, ਈਵਨ ਸਿੰਗਾਪੁਰ ਤੱਕ ਜਾਣ ਵਾਲੇ ਵਿਦਿਆਰਥੀਆਂ ਲਈ ਆਪਸ਼ਨਸ ਆਏਗੀ, ਜਿਹੜੇ ਕੈਨੇਡਾ ਲਈ ਐਲੀਜੀਬਲ ਨੇ ਉਹ ਤਾਂ ਹੈ ਹੀ ਨੇ, ਆਸਟ੍ਰੇਲੀਆ ਲਈ ਹੈਗੇ ਨੇ। ਜਿਹੜੇ ਵਿਦਿਆਰਥੀ ਬਹੁਤ ਜ਼ਿਆਦਾ ਨੰਬਰ ਜਿਹਨਾਂ ਨੇ ਲਏ ਨੇ, ਪ੍ਰਾਪਤ ਕੀਤੇ ਨੇ 90% ਜਾਂ ਉਸ ਤੋਂ ਉੱਪਰ, ਸਕਾਲਰਸ਼ਿਪਸ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਲੈ ਕੇ ਆਊਗਾ, ਜਿਹੜੀਆਂ ਯੂਨੀਵਰਸਿਟੀਜ਼ ਨੇ ਕਾਲਜਸ ਉਹ ਲੈ ਕੇ ਆਉਣਗੇ। ਸੋ ਵਿਦਿਆਰਥੀਆਂ ਲਈ ਇਹ ਇੱਕ ਅੱਛਾ ਪਲੇਟਫਾਰਮ ਹੈ ਕਿ ਬਿਲਕੁਲ ਬਿਲੋ ਲਾਈਨ ਤੋਂ ਲੈ ਕੇ ਉੱਪਰ ਤੱਕ ਜਾਣ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਹੋਗਾ। USA ਨੂੰ ਵੀ ਪਾਰਟੀਸਪੇਟ ਕਰਾ? ਬਿਲਕੁਲ ਜੀ, USA ਦੇ ਵੀ ਕਾਫੀ ਯੂਨੀਵਰਸਿਟੀ ਆ ਰਹੀਆਂ ਜੀ। ਓਕੇ, ਫਿਰ ਉਹ ਤੁਹਾਡੇ ਵੱਲ ਆਊਂਗਾ ਇਸ ਵਕਤ, ਕਿਉਂਕਿ 16 ਦੇ ਅੱਛੇ ਰਿਜ਼ਲਟ ਆਏ, ਮਈ, ਜਨਵਰੀ, 17 ਦੇ ਅੱਛੇ ਰਿਜ਼ਲਟ ਆਏ, ਸੈਪਟੈਂਬਰ ਦੇ ਵਿੱਚ ਸੀਟਸ ਜਿਹੜੀਆਂ ਇਸ ਵਕਤ ਫੁੱਲ ਹੋ ਚੁੱਕੀਆਂ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਨੇ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਵੀ ਬੈਠੀ, ਉਹਨਾਂ ਦੇ ਘੱਟ ਟਾਈ-ਅਪਸ ਹੋਣ ਕਰਕੇ ਵਿਦਿਆਰਥੀ ਮੁੜ ਰਿਹਾ ਇਸ ਵਕਤ ਕਿ ਜੀ ਮੈਂ ਫਲਾਣੇ ਕਾਲਜ 'ਚ ਐਡਮਿਸ਼ਨ ਲੈਣੀ ਹੈ, ਅੱਗੋਂ ਜਵਾਬ ਆਉਂਦਾ ਕਿ ਸਾਡੇ ਕੋਲ ਆ ਕਾਲਜ ਭਰ ਗਿਆ, ਬਾਕੀ ਨਾਲ ਟਾਈ-ਅਪਸ ਨਹੀਂ। ਸੋ ਜੇ ਮੈਂ ਗਲੋਬਲ ਓਪਰਚੁਨਿਟੀਜ਼ ਦੀ ਗੱਲ ਕਰਾਂ ਤਾਂ ਵਿਦਿਆਰਥੀਆਂ ਲਈ ਮਤਲਬ ਕਿਸ ਤਰ੍ਹਾਂ ਦੇ ਕਾਲਜਸ ਇਸ ਵਕਤ ਅਵੇਲੇਬਲ ਨੇ, ਕਿਸ ਤਰ੍ਹਾਂ ਦੇ ਪ੍ਰੋਗਰਾਮਸ, ਵਾਈਡ ਰੇਂਜ ਹੈਗੀ ਤੁਹਾਡੇ ਕੋਲ? ਹਾਂਜੀ, ਸਾਰੇ ਜਿਹੜੇ ਕਾਲਜ ਦੀ ਰੇਂਜ ਹੈਗੀ ਉਹ ਮਤਲਬ ਸਾਡੇ ਕੋਲ 40-45 ਕਾਲਜਸ ਹੈਗੇ ਨੇ, ਸਾਰੇ SPP ਕਾਲਜ ਅਸੀਂ ਰੀਪ੍ਰੈਜ਼ੈਂਟ ਕਰਨੇ ਆ। ਅਤੇ ਮੈਂ ਇਹ ਕਹਾਂਗੀ ਸਾਰੇ ਸਟੂਡੈਂਟਸ ਨੂੰ, ਜਿਹੜੀ ਜਿਹੜੇ ਵੱਡੇ ਕਾਲਜ ਨੇ ਟੋਰੋਂਟੋ ਵਾਲੇ, ਉਹ ਮੋਸਟ ਆਫ ਦੇਮ ਆਰ ਆਲਰੇਡੀ ਫੁੱਲ। ਸੋ ਕੋਸ਼ਿਸ਼ ਜਾਰੀ ਰੱਖੋ ਕਿ ਹੁਣ ਤੁਸੀਂ ਆਈਸ ਅਗਰ ਤੁਸੀਂ ਦੇ ਦਿੱਤਾ ਹੈ ਤਾਂ ਦਿਸ ਇਜ਼ ਦਾ ਰਾਈਟ ਟਾਈਮ ਟੂ ਗੈਟ ਦਾ ਐਡਮਿਸ਼ਨ। ਆਪ ਕੰਡੀਸ਼ਨਲ ਆਫਰ ਕੇ ਲਈ, ਅਨਕੰਡੀਸ਼ਨਲ ਆਫਰ ਲੈਟਰ ਕੇ ਲਈ ਅਭੀ ਅਪਲਾਈ ਕਰੋ। ਸਾਥ ਮੇਂ ਜੋ ਐਜੂਕੇਸ਼ਨ ਫੇਅਰਸ ਆ ਰਹੇ ਹੈ ਉਸਮੇਂ ਆ ਕੇ ਯੂ ਕੈਨ ਮੀਟ ਦ ਡੈਲੀਗੇਟਸ, ਔਰ ਆਪ ਆਪਣੇ ਆਫਰ ਐਕਸੈਪਟ ਕਰਕੇ ਯੂ ਕੈਨ ਟਾਕ ਅਬਾਊਟ ਦ ਸਕਾਲਰਸ਼ਿਪਸ ਐਂਡ ਯੂ ਕੈਨ ਟਾਕ ਅਬਾਊਟ ਦ ਜਨਵਰੀ ਈਵੈਂਟ ਆਲਸੋ। ਗੱਲ ਕਰੀਏ ਇਸ ਵਕਤ ਪੂਰਾ ਰਿਜ਼ਲਟ ਹਲੇ ਪੰਜਾਬ ਦੇ ਵਿੱਚ ਨਹੀਂ ਆਇਆ ਸਾਰਿਆਂ ਦਾ, ਜਿਹੜੀਆਂ ਸੀਟਸ ਭਰਨ ਦਾ ਰੀਜ਼ਨ ਉਹ ਇਹ ਹੈ ਕਿ ਕੁਝ ਬੱਚੇ ਡੈਫਰਡ ਹੋ ਕੇ 16 ਵਾਲੇ 17 ਚ ਆ ਗਏ, ਜਾਂ ਕੰਡੀਸ਼ਨਲ ਆਫਰ ਲੈਟਰ ਲੈ ਲਈਆਂ, ਜਾਂ ਵਰਲਡ ਵਾਈਡ ਲੋਕਾਂ ਦੀ ਜਿਹੜੀ ਫੋਕਸਿੰਗ ਹੈ ਇਸ ਵਕਤ ਕੈਨੇਡਾ ਤੇ ਹੋ ਗਈ ਹੈ। ਉਹ ਤੇ ਐਕਸਪ੍ਰੈਸ ਐਂਟਰੀ ਦੇ ਜਦੋਂ ਤੋਂ ਪੁਆਇੰਟਸ ਡਿੱਗੇ ਨੇ, ਸਾਥ ਮੇਂ ਜੋ ਸਟੂਡੈਂਟਸ ਜੋ ਵਹਾਂ ਪੇ ਸਟੱਡੀ ਕਰ ਰਹੇ ਹੈ ਉਨਕੇ ਲਈ ਐਕਸਟਰਾ ਪੁਆਇੰਟਸ, CRS ਪੁਆਇੰਟਸ ਮਿਲ ਰਹੇ ਹੈ। ਅਭੀ ਇਮੀਗ੍ਰੇਸ਼ਨ ਨੇ ਜੋ ਅਨਾਊਂਸਮੈਂਟ ਕਰੀ ਹੈ
कि उनको एक्स्ट्रा सीआरएस पॉइंट्स मिलेंगे, उसकी वजह से द नंबर ऑफ स्टूडेंट्स अप्लाइंग टू कनाडा आर वेरी हाई. सो इस टाइम मैं स्टूडेंट्स को यही बोलूंगी कि आप जल्दी से अप्लाई करके इस पर्टिकुलर 2017 के इंटेक्स में अगर आप अपना एडमिशन करा लेते हैं तो इट विल बी वेरी बेनिफिशियल, क्योंकि जनवरी 18 भी बहुत जल्दी फुल हो जाएगा बिकॉज सितंबर इज ऑलरेडी मोर देन हाफ इट इज फुल. कनाडा लिए जनवरी की गल करेंगे, और काफी सारी टेक्निकल गल्लां करने वाली ने, प्रोग्राम प्रोविंस कोऑपरेटिव प्रोग्राम्स उन्हां दी गल करेंगे. उस तो पहला सब तो जरूरी जी गल करने वाली है कि इस वक्त सरदार जी तुहाडे कोल जी 100 तो वध इंस्टीट्यूशन आ रही ने, दो पक्ष हो गए, एक तो जी इंस्टीट्यूशन आ रही ने उन्हें वीजा एक्सपर्ट तुसी आप हो, ਇੱਥੇ ਸਟੂਡੈਂਟਸ ਨੂੰ ਇਸ ਵਕਤ ਜ਼ਰੂਰਤ ਹੈ ਕਿ ਸਟੱਡੀ ਵਰਕ ਐਂਡ ਸੈਟਲ ਦਾ ਇੱਕ ਪਲੇਟਫਾਰਮ ਦੱਸਿਆ ਜਾਵੇ. ਅਸੀਂ ਸਿਰਫ ਵੀਜ਼ੇ ਤੱਕ ਮਹਿਦੂਦ ਹੈ ਕਿ ਵੀਜ਼ਾ ਕਿਵੇਂ ਲੱਗੇਗਾ, ਕਿਉਂਕਿ ਉਹਦੇ ਵਿੱਚ ਅਰਨਿੰਗ ਹੈ, ਕੰਪਨੀਜ਼ ਨੂੰ ਕਮਿਸ਼ਨ ਆਉਂਦੀ ਹੈ ਜਾਂ ਅਸੀਂ ਪ੍ਰੋਸੈਸਿੰਗ ਫੀਸ ਲੈਂਦੇ ਹਾਂ. ਪਰ ਜਿਹੜਾ ਤੁਸੀਂ ਉਪਰਾਲਾ ਕਰਨ ਜਾ ਰਹੇ ਉਹਦੀ ਮੇਰੇ ਖਿਆਲ ਇੱਕ ਜ਼ਰੂਰਤ ਹੈ ਪੰਜਾਬ ਔਰ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ, ਇਹ ਹਰਿਆਣਾ, ਕਿ ਸਟੱਡੀ ਵਰਕ ਐਂਡ ਸੈਟਲ, ਜਾਈਏ ਕਿਵੇਂ, ਪੜ੍ਹਾਈ ਕਿਵੇਂ ਕਰੀਏ, ਕੰਮ ਕਿਵੇਂ ਕਰੀਏ, ਔਰ ਸੈਟਲ ਕਿਵੇਂ ਕਰੀਏ ਹੋਈਏ. ਕੀ ਇਹ ਇਹ ਇਸ ਤਰ੍ਹਾਂ ਦੀ ਵਰਕਸ਼ਾਪ ਵੀ ਡੀਲ ਕਰੋ? ਬਿਲਕੁਲ ਰਣਵੀਰ ਜੀ, ਮੇਰਾ ਮੈਂ ਖੁਦ ਇੰਟਰਨੈਸ਼ਨਲ ਸਟੂਡੈਂਟ ਸੀ, ਮੈਂ ਕਾਫੀ ਵਾਰ ਟੀਵੀ ਸ਼ੋਅ 'ਚ ਕਰ ਚੁੱਕਾ ਕਿ ਮੈਂ ਯੂਕੇ ਗਿਆ ਸੀ ਪੜ੍ਹਨ, ਅਤੇ ਮੈਂ ਸਮਝਦਾ ਕਿ ਇੱਕ ਸਟੂਡੈਂਟ ਜਿਹੜਾ ਇੰਨੇ ਸਾਲ ਬਾਹਰ ਜਾਂਦਾ ਪੜ੍ਹਨ ਲਈ, ਜਿਹੜੇ ਆਪਣੀ ਇੰਨੀ ਇਨਵੈਸਟਮੈਂਟ ਕਰਦਾ, ਉਹਨੂੰ ਸਟੱਡੀਜ਼ ਦੇ ਨਾਲ ਉਹਨੂੰ ਉਹ ਦੇਖਣਾ ਚਾਹੁੰਦਾ ਉਹਦੀ ਰਿਟਰਨ ਔਨ ਇਨਵੈਸਟਮੈਂਟ ਬਿਲਕੁਲ ਹੈ, ਉਹਦਾ ਟਾਈਮ ਵੀ ਇਨਵੈਸਟ ਕਰ ਰਿਹਾ, ਪੈਸਾ ਵੀ ਇਨਵੈਸਟ ਕਰ ਰਿਹਾ, ਅਤੇ ਅੱਗੇ ਜੋਬ ਪ੍ਰੋਸਪੈਕਟਸ ਕੀ ਹੈ. ਇੰਡੀਆ ਆ ਕੇ ਉਹ 20 ਲੱਖ ਰੁਪਏ ਉੱਥੇ ਖਰਚ ਕੇ ਇੰਡੀਆ ਆ ਕੇ ਵੀਜ਼ਾ ਦੀ ਨੌਕਰੀ 'ਤੇ ਕਰਨਾ ਨਹੀਂ ਚਾਹੁੰਦਾ. ਇਸ ਲਈ ਗਲੋਬਲ ਓਪਰਚੁਨਿਟੀਜ਼ ਵੀ ਕਾਲ ਆਰਸੈਲਵਸ ਕਰੀਅਰ ਕੰਸਲਟੈਂਟਸ, ਬਿਕੋਜ਼ ਸਾਡਾ ਵੀ ਵਰਕ ਇਨ ਦਾ ਬੈਨੀਫਿਟ ਆਫ ਦਾ ਸਟੂਡੈਂਟਸ. ਸਾਡਾ ਰਹਿੰਦਾ ਕਿ ਜੀ ਸਟੂਡੈਂਟ ਨੂੰ ਸਭ ਤੋਂ ਪਹਿਲੇ ਕੰਟਰੀ ਅਤੇ ਇੰਸਟੀਟਿਊਸ਼ਨ ਉਹਨਾਂ ਦੇ ਮਰਜ਼ੀ ਦਾ ਦਈਏ, ਜਿਹਦੇ ਵਿੱਚ ਫਸਟ ਆਫ ਆਲ ਸਟੂਡੈਂਟ ਜਿੱਥੇ ਜਾਣਾ ਚਾਹੁੰਦਾ, ਜਿੱਥੇ ਉਹਨਾਂ ਦੀ ਪ੍ਰੋਫਾਈਲਿੰਗ ਠੀਕ ਪੈਂਦੀ ਹੈ ਅਤੇ ਜਿੱਥੇ ਉਹਨਾਂ ਦੇ ਕਰੀਅਰ ਐਸਪੀਰੇਸ਼ਨਸ ਠੀਕ ਬਣਦੇ ਹੈ. ਬਿਨਾਂ ਟੋਪ ਆਊਟ ਕਰੀਅਰ ਐਸਪੀਰੇਸ਼ਨਸ ਮੇਰਾ ਮਤਲਬ ਹੈ ਕਿ ਉਹ ਕੋਰਸ ਕਰਨ ਤੋਂ ਬਾਅਦ ਉਹ ਸਟੂਡੈਂਟ ਕੀ ਕਰਨਾ ਚਾਹੁੰਦਾ ਹੈ, ਉੱਥੇ ਜੋਬ ਪ੍ਰੋਸਪੈਕਟਸ ਕੀ ਹੈਗੇ ਹੈ, ਉਹ ਜੋਬ ਕਿੰਨੀ ਛੇਤੀ ਲੱਗ ਸਕਦੀ ਹੈ. ਸੋ ਦੀ ਸੋ ਫੋਰ ਅਸ ਇਟ ਇਜ਼ ਨੋਟ ਅਬਾਊਟ ਕਿ ਇੱਕ ਸਟੂਡੈਂਟ ਆਇਆ ਉਹਨੂੰ ਵੀਜ਼ਾ ਲਵਾ ਕੇ ਦੇਣਾ, ਇਟ ਇਜ਼ ਅਬਾਊਟ ਦ ਇੰਟਾਇਰ ਕਰੀਅਰ, ਦ ਇੰਟਾਇਰ ਜਰਨੀ ਆਫ ਅ ਸਟੂਡੈਂਟ ਦੈਟ ਵੀ ਟੇਕ ਇਨ ਟੂ ਕੰਸਿਡਰੇਸ਼ਨ. ਸਰਦਾਰ ਜੀ, ਤੁਹਾਡੇ ਕੋਲ ਹਜ਼ਾਰਾਂ ਵਿਦਿਆਰਥੀ ਆਏ, ਹਜ਼ਾਰਾਂ ਵਿਦਿਆਰਥੀ ਵਿਦੇਸ਼ਾਂ 'ਚ ਸੈਟਲ ਹੋਏ, ਇੱਕ ਸਵਾਲ ਜਰਨਲ ਤੌਰ 'ਤੇ ਬਤੌਰ ਐਂਕਰ ਪੁੱਛਣਾ ਚਾਹੂੰਗਾ, ਜਦੋਂ ਵਿਦਿਆਰਥੀ ਆਉਂਦਾ ਉਹਦੀ ਇੰਟੈਂਸ਼ਨਸ ਪੰਜਾਬ ਦੀ, ਖਾਸ ਕਰ ਮੈਂ ਦਿੱਲੀ ਛੱਡਦੀ ਹੈ, ਕਿਉਂਕਿ ਦਿੱਲੀ ਦੇ ਕੁਐਸਚਨਸ ਹੀ ਹੋਰ ਹੁੰਦੇ ਆ ਬੱਚੇ ਦੇ, ਉਹਨਾਂ ਦੀ ਇੰਟੈਂਸ਼ਨਸ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ ਜਾ ਕੇ ਵਸਣਾ ਹੈ, ਪੀਆਰ ਲੈਣੀ ਹੈ, ਜ਼ਰੀਆ ਬਣਾਉਣਾ ਹੈ ਇੱਕ ਐਜੂਕੇਸ਼ਨ, ਜਾਂ ਉਹਨਾਂ ਦਾ ਮੋਟਿਵ ਹੈਗਾ ਕਿ ਅੱਛੀ ਐਜੂਕੇਸ਼ਨ ਇੱਥੇ ਨਹੀਂ ਮਿਲ ਰਹੀ ਉੱਥੇ ਜਾ ਕੇ ਲਈਏ ਸੈੱਟ ਹੋਈਏ, ਜਾਂ ਉਹਨਾਂ ਦਾ ਮੋਟਿਵ ਹੈਗਾ ਕਿ ਇੱਥੇ ਕਾਰੋਬਾਰ ਖਤਮ ਹੁੰਦੇ ਜਾ ਰਹੇ ਨੇ ਦਿਨ ਪ੍ਰਤੀ ਦਿਨ, ਉੱਥੇ ਜਾ ਕੇ ਜਿਹੜੀ ਹੈਗੀ ਅਸੀਂ ਅਰਨਿੰਗ ਕਰੀਏ. ਪੀਆਰ, ਐਜੂਕੇਸ਼ਨ, ਅਰਨਿੰਗ, ਤਿੰਨੋਂ ਚੀਜ਼ਾਂ ਨੂੰ ਇਕੱਠੇ ਲੈ ਕੇ ਚੱਲਦੇ ਹਾਂ ਜਾਂ ਸਾਡਾ ਮੋਟਿਵ ਵਿਦੇਸ਼ ਜਾਣਾ ਹੈਗਾ, ਕੀ ਹੈਗਾ ਸਟੂਡੈਂਟਸ ਦਾ? ਰਣਵੀਰ ਜੀ, ਮੈਂ ਕਹਾਂਗਾ ਕਿ ਸਟੂਡੈਂਟਸ ਦਾ ਕੰਬੀਨੇਸ਼ਨ ਹੈਗਾ ਸਾਰਾ ਮੋਟਿਵਸ ਦਾ, ਅਤੇ ਇਹਦੇ ਵਿੱਚ ਮੈਂ ਕੁਝ ਗਲਤ ਨਹੀਂ ਕਹਿੰਦਾ ਕਿ ਇਟ ਇਜ਼ ਐਬਸੋਲਿਊਟਲੀ ਦਾ ਕਰੈਕਟ ਚੋਇਸ, ਬਟ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਸਟੂਡੈਂਟਸ ਤੋਂ ਇਹ ਹੈਗਾ ਕਿ ਜੇ ਉਹਨਾਂ ਨੇ ਇੰਡੀਆ ਤੋਂ ਜਾਣਾ ਹੈ, ਅਫਕੋਰਸ ਬਹੁਤ ਬੱਚੇ ਆਉਂਦੇ ਆ ਜਿਹੜੇ ਕਰੀਅਰ ਫੋਕਸਡ ਹੁੰਦੇ ਆ, ਜਿਹਨਾਂ ਨੂੰ ਪਤਾ ਉਹਨਾਂ ਨੇ ਕਿਹੜੀ ਯੂਨੀਵਰਸਿਟੀ, ਕਿਹੜੀ ਕੰਟਰੀ, ਕਿਹੜੇ ਕੋਰਸ ਲਈ ਜਾਣਾ, ਅਤੇ ਉਹ ਕਰਕੇ ਐਗਜੈਕਟਲੀ 3-4-5 ਸਾਲ ਬਾਅਦ ਉਹਨਾਂ ਨੇ ਕੀ ਕਰਨਾ ਹੈ. ਅਤੇ ਕਈ ਸਟੂਡੈਂਟਸ ਹੈਗੇ ਆ ਉਹ ਕਹਿੰਦੇ ਜੀ ਆਪਾਂ ਸਿਰਫ ਬਾਹਰ ਪੜ੍ਹਨ ਲਈ ਜਾਣਾ ਹੈ, ਬਟ ਐਜ਼ ਅ ਕੰਸਲਟੈਂਟ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਸਟੂਡੈਂਟਸ ਨੂੰ ਪ੍ਰੋਪਰ ਗਾਈਡ ਕਰੀਏ ਕਿ ਉਹ ਇਹ ਕੋਰਸ ਕਰਨ ਤੋਂ ਬਾਅਦ ਉਹਨਾਂ ਨੂੰ ਸੈਟਲਮੈਂਟ ਆਪਸ਼ਨਸ ਕੀ ਮਿਲਣਗੀਆਂ, ਸੈਟਲਮੈਂਟ ਓਪਰਚੁਨਿਟੀਜ਼ ਕੀ ਹੈ, ਉਹਨਾਂ ਦਾ ਅੱਗੇ ਕੋਰਸ ਕਰੀਅਰ ਪ੍ਰੋਗਰੈਸ਼ਨ ਕੀ ਹੈ. ਬਿਕੋਜ਼ ਅੱਜ ਦੀ ਡੇਟ ਵਿੱਚ ਅਨਫੋਰਚੁਨੇਟਲੀ ਕੀ ਹੋ ਰਿਹਾ ਜੀ, ਪੰਜਾਬ ਵਿੱਚ ਸਾਡੇ ਇੰਨੇ ਕੰਸਲਟੈਂਟ ਭਰਾ ਬੈਠੇ ਆ ਜਿਨ੍ਹਾਂ ਨੂੰ ਸ਼ਾਇਦ ਕਰੇ ਕਾਉਂਸਲਿੰਗ ਦਾ ਮਤਲਬ ਵੀ ਨਹੀਂ ਪਤਾ, ਉਹ ਫਾਈਲ ਇੱਥੋਂ ਚੱਕੀ ਉੱਥੇ ਦੇ ਦਿੱਤੀ ਅਤੇ ਸਟੂਡੈਂਟ ਨੂੰ ਆਫਰ ਲਵਾਤੀ ਅਤੇ ਅੱਗੇ ਵੀਜ਼ਾ ਲਵਾਤਾ ਅਤੇ ਕੰਮ ਹੋ ਗਿਆ. ਅੱਜ ਇੱਕ ਕੰਸਲਟੈਂਟਸ ਭਰਾ ਆਏ ਸੀਗੇ ਜੀ, ਉਹਨਾਂ ਨੇ ਬੜੀ ਮਤਲਬ ਦੁੱਖਦਾਈ ਗੱਲ ਸ਼ੇਅਰ ਕੀਤੀ ਮੇਰੇ ਨਾਲ. ਦੁੱਖਦਾਈ ਇਸ ਕਰਕੇ ਕਰ ਰਹੇ ਕਿ ਕਿਸੇ ਪਰਿਵਾਰ ਦੀ ਜ਼ਿੰਦਗੀ ਰੋਲਤੀ. ਤੁਸੀਂ ਜਿਹੜੇ ਗੱਲ ਚੱਕੀ ਮੈਂ ਉਹਦੇ ਨਾਲ ਐਡ ਆਨ ਕਰਨੀ ਚਾਹ ਰਿਹਾ. ਪੀ ਆਰ ਦਾ ਕੇਸ ਸੀਗਾ, ਸਪੌਸ ਕੇਸ ਸੀਗਾ ਜੀ, ਉਹਨਾਂ ਨੇ ਕੈਨੇਡਾ ਦੇ ਵਿੱਚ ਉਹਨਾਂ ਦੀ ਜਿਹੜੀ ਸਭ ਕੁਝ ਫਾਈਲ ਠੀਕ ਲਾਤੀ, ਇੱਕ ਗਲਤੀ ਬਹੁਤ ਵੱਡੀ ਕਰਤੀ ਕਿ ਵੀਜ਼ਾ ਰਿਜੈਕਟ ਹੋ ਗਿਆ, ਪਤੀ ਔਰ ਪਤਨੀ ਦੇ ਕਮਰੇ ਵੱਖ ਵੱਖ ਜਿਹੜੇ ਹੈਗੇ ਬੁੱਕ ਕਰਾਤੇ. ਜਦੋਂ ਤੁਸੀਂ ਪਤੀ ਪਤਨੀ ਹੋ ਅਤੇ ਤੁਹਾਡੀ ਪੀ ਆਰ ਦਾ ਕੇਸ ਜਾ ਰਿਹਾ ਜਿੱਥੇ ਤੁਸੀਂ ਸਟੇ ਕਰਨਾ, ਇੱਕ ਕਮਰਾ ਜਿਹੜਾ ਤੁਸੀਂ ਬੁੱਕ ਕਰਨ ਦੀ ਵਜ੍ਹਾ ਦੋ ਕਰ ਰਹੇ ਹੋ, ਇਹ ਆਟੋਮੈਟਿਕਲੀ ਲੱਗਦਾ ਕਿ ਇਹ ਜੈਨੂਨ ਮੈਰਿਜ ਨਹੀਂ ਹੈ, ਅਦਾਲਤੀ ਕਾਰਵਾਈ ਹੈਗੀ ਹੈ ਜਾਂ ਫਰੋਡ ਡਾਕੂਮੈਂਟ ਹੈ. ਸੋ ਪੰਜਾਬ ਦੇ ਐਸੇ ਕੰਸਲਟੈਂਟਸ ਵੀ ਬੈਠੇ ਹਨ ਜਿਨ੍ਹਾਂ ਨੂੰ ਬਿਲਕੁਲ ਟੈਕਨੀਕਲੀ ਨੌਲੇਜ ਨਹੀਂ ਹੈਗੀ ਹੈ, ਇਸ ਚੀਜ਼ ਦਾ ਬੜਾ ਦੁੱਖ ਆਉਂਦਾ. ਮੈਂ ਤੁਹਾਡੇ ਤੋਂ ਇੱਕ ਸਪੈਸ਼ਲ ਜਿਹੜੀ ਚੀਜ਼ ਪੁੱਛਣੀ ਚਾਹੂੰਗਾ ਬਤੌਰ ਕੰਸਲਟੈਂਟਸ ਔਰ ਸਟੂਡੈਂਟਸ, ਦੋਵੇਂ ਮਿਕਸ ਕਰਕੇ, ਕੰਸਲਟੈਂਟ ਵੀ ਹੋ ਤੁਸੀਂ ਸਟੂਡੈਂਟਸ ਵੀ ਹੋ, ਸਟੂਡੈਂਟ ਕਿਹੜੀਆਂ ਗਲਤੀਆਂ ਕਰਦਾ ਇੱਥੇ ਜਦੋਂ ਵਿਦੇਸ਼ ਜਾਂਦਾ? ਉਹ ਸੁੱਟ ਦਿੰਦਾ ਇਸ ਕੰਸਲਟੈਂਟ ਦੇ, ਮੈਨੂੰ ਜੀ ਜਿੱਥੇ ਮਰਜ਼ੀ ਭੇਜ ਦਿਓ, ਜਿਹੜੇ ਮਰਜ਼ੀ ਕੋਰਸ 'ਚ, ਜਿਹੜੇ ਮਰਜ਼ੀ ਪ੍ਰੋਵਿੰਸ ਦੇ ਵਿੱਚ, ਮੈਂ ਬਾਹਰ ਜਾਣਾ, ਬਾਹਰ ਵਰਡ ਯੂਜ਼ ਕਰਦਾ, ਗੁਰਹੋਰਨ ਜਾਣਾ, ਅਬਰੋਡ ਜਾਣਾ, ਉੱਥੇ ਫਿਰ ਉਹਨਾਂ ਨੂੰ ਮਤਲਬ ਕਿਹੜੀਆਂ ਘੁੰਮਣ ਘੇਰੀਆਂ 'ਚ ਪੈਣਾ ਪੈਂਦਾ ਜਿਹੜਾ ਬੱਚਾ ਬਿਨਾਂ ਰਿਸਰਚ ਕੀਤੇ
बिना कॉलेज कोर्स जाने बिना चंगे कंसलटेंट्स के विदेश पहुँच जाता है। मैं नहीं कहता कि जाता नहीं, कई तुक्के भी लग जाते हैं कंसलटेंट भावों के वीजाज आ जाते हैं, बच्चों को की खमियाजा भुगतना पैदा, तुम तो जाके आए हो बाहर। रणबीर जी इट इज़ अ वेरी गुड क्वेश्चन। यह जी दो चीज़ आदि है, फर्स्ट ऑफ ऑल जो बिल्कुल गल ठीक की है कि जब स्टूडेंट इतने आता है वह कहता जी मैं बाहर जाना है, तो मैं सब तो पहले मैं तेन आंसर दो पार्ट्स में डिवाइड करा। सब तो पहले कि स्टूडेंट्स को की प्रीकॉशनस लैनिया चाहिए, सब तो पहले स्टूडेंट्स को अपना यह देखना चाहिए कि उन्होंने कोर्स कहड़ा करना है, कंट्री कहड़ी लैनी है। वह कोर्स करन तो बाद उन्होंने इंडिया वापस आना है कि उत्थे रहना है, जो उन्होंने उत्थे रहना है उन्होंने पी आर पॉइंट्स किन्ने बनते हैं, वह कोर्स करन तो बाद उत्थे जॉब अपॉर्चुनिटीज की हैगी है। यह सारी रिसर्च के नाल छे महीने पहले तो एडवांस रिसर्च करनी चाहिए कि वीज़ा रिक्वायरमेंट्स की हैगी है, अपनी एप्लीकेशन टाइम पर लानी चाहिए है, स्टेटमेंट ऑफ पर्पस प्रॉपर बनाओ ताकि वीज़ा लगे। नाउ कमिंग बैक टू जी थोड़ा ओरिजिनल क्वेश्चन है कि स्टूडेंट उत्थे जाता है जरा प्रॉपरली गाइड नहीं होंगे उन्होंने की प्रॉब्लम्स आदि हैं। फर्स्ट ऑफ ऑल जी स्टूडेंट्स को यह नहीं पता क्या कोर्स कर चले है, तो उन्होंने यह नहीं पता कोर्स करन तो बाद उन्होंने अगे फ्यूचर की है, उन्होंने यह नहीं पता कि उत्थे लैंग्वेज बैरियर की आ सकते हैं बिकॉज इतों प्रॉपरली रिसर्च होकर नहीं गए होंगे। कई बार स्टूडेंट्स को सब तो ज़्यादा जी जी मैं प्रॉब्लम देखी स्टूडेंट्स को फाइनैशियल प्रॉब्लम बहुत ज़्यादा आती हैं बिकॉज इतने कंसल्टेंट भरा की करते हैं, स्टूडेंट्स को कहते हैं जी तुम उत्थे जाओ तुम दो महीने बाद फीस भी कट लोगे खर्चा भी कट लोगे जी, इस तरह कुछ नहीं होता। मैं खुद इंटरनेशनल स्टूडेंट रहा, मैं यूके खुद 7.5 साल रहा, तुम एज अ स्टूडेंट एक्सपीरियंस के नाल वध तो वध अपने पार्ट टाइम जॉब नाल अपने परसनल थोड़े बहुत खर्चे कर सकते हो, बट दैट शुड ऑलसो नॉट बी द प्रायोरिटी। तुम उत्थे पढ़ने लिए चले हो, उत्थे तुम जॉब करने लिए नहीं चले। देर इज़ नो शॉर्टकट, मैं स्टूडेंट्स को कहांगा तुम अपनी एजुकेशन कंप्लीट करो, एजुकेशन कंप्लीट करने तो बाद पूरी लाइफ पई है काम करने लिए। एक बार तुम चंगे नंबर लैके चंगे तरह पढ़ के एजुकेशन कंप्लीट कर ली, उस तो बाद तुम पूरी जिंदगी काम करना एंड यू विल गैट अ वेरी वेरी गुड जॉब। जो तुम सारी जिंदगी बर्गर किंग या मैकडोनल्ड्स काम करना है दैन इट्स अ डिफरेंट। बहुत सोहना इशू उठाया, पंजाब का स्टूडेंट यही कर रहा है कि मैं कनेडा जाना जी, कंसलटेंट पूछता किन्ने पैसे लगे, बिल्कुल वह कहें जी साढ़े तीन ये जी आई सी का 5.5-8 लाख जोड़ लगा, अगले 6 महीने की फीस ही नहीं दसी जाती, सब्ज बाग दिखा दिए जाते जी फलाना बच्चा भेजा सी उन्हें कमा ले उन्हें कमा ले उन्हें कमा ले, ब्याज के पैसे चक के जाने। एक चीज़ सरदार जी बच्चे समझनी चाहिए कि जो इंडिया के भी असं किसी यूनिवर्सिटी पढ़ते हैं कि असं फीस कट लें, बिल्कुल जो असं अपने होम कंट्री के इन्ने रिलेशन होकर फीस नहीं कट पा रहे, असं बगाने मुल्क कितने कट लेंगे। सो इत कैनेडा ज़्यादा वर्तारा इस वक्त हो रहा है रुकन, विशेष तौर पर स्टूडेंट्स चलो इस मतलब इस कंडीशन तो जा रहे जा ही रहे हैं, जो बॉर्डर लाइन ने जिन्हें को पैसा नहीं है धक्के जा रहे हैं कि कैनेडा जाकर पैसे कमा लेंगे। एक तो दुकान वापर ही रहा है, एक होर वापरना शुरू हो गया पंजाब दे विच कि पूरे पूरे परसेंटेज पूरे पूरे बैंड 5.5-5 माले पाया जा रहा है कि यह ठीक प्रवृत्ति है, ठीक रुझान है कि रिजल्ट ठीक आने वाले समय के बिल्कुल भी ठीक नहीं है जो स्टूडेंट्स नहीं कर पा रहे। स्पेशली मेरे पास कल एक केस आया था, स्टूडेंट के पास मैथमेटिक्स में बहुत ही कम नंबर है, 40 तो काट नंबर से गए, तो उन्होंने पहला किसी कंसल्टेंट कंप्यूटर प्रोग्रामर का कोर्स देता, तो जड़े केफ से चाहे वो आया कि चलो कंप्यूटर प्रोग्रामर फॉर एग्जांपल है उसमें मैथ्स की आपको ज़रूरत है, कैलकुलस भी लगता है, वैक्टर भी लगता है, जब स्टूडेंट नू मैथ्स की नॉलेज बिल्कुल नहीं है उन्हें तुसी कंप्यूटर प्रोग्रामर वाले कोर्स ना पाओ। साढ़े ग्लोबल अपॉर्चुनिटीज का बड़ा ध्यान दिता जाता है, ਜਿਹੜਾ ਤੁਹਾਡੇ ਕੋਲ ਮੈਥਸ ਨਹੀਂ ਹੈ ਤੁਹਾਨੂੰ ਉਸ ਤਰ੍ਹਾਂ ਦੇ ਕੋਰਸਿਸ ਦਿੱਤੇ ਜਾਂਦੇ ਨੇ ਜਿਹੜੇ ਕੰਟੈਂਟ ਨਾ ਪੜਨਾ ਪਵੇ ਤੁਹਾਨੂੰ, ਜਿਹਦੇ ਤੁਹਾਡੇ ਮੈਥਸ ਨਾ ਪੜਨ ਜਿਸਮੇ ਨਹੀਂ ਪੜਨਾ ਪਵੇ। ਇਹ ਐਗਜ਼ਾਮਪਲ ਇੱਕ ਪਹਿਲਾਂ ਵੀ ਆਈ ਸੀ, ਬੱਚੇ ਨੂੰ ਲੈਬ ਟੈਕਨੀਸ਼ੀਅਨ ਦਾ ਕੋਰਸ ਦੇ ਤਾਂ ਕੈਮਿਸਟਰੀ ਦੇ ਵਿੱਚ ਨੰਬਰ ਨਹੀਂ ਆ, ਕੈਮਿਸਟਰੀ ਮੇ ਨੰਬਰ ਨਹੀਂ ਹੈ ਬਿਲਕੁਲ, ਤੋ ਰਿਜੈਕਸ਼ਨ ਆਣਾ ਹੀ ਹੈ ਉਸਮੇ ਤੋਂ, ਬਿਲਕੁਲ ਰਿਜੈਕਸ਼ਨ ਆਣਾ। ਚਲੋ ਇਹ ਤਾਂ ਇੱਕ ਹੋ ਗਿਆ ਕਿ ਟੈਕਨੀਕਲ ਜਿਹੜੀਆਂ ਚੰਗੀਆਂ ਕੰਪਨੀਆਂ ਨੇ, ਮੈਂ ਤਾਰੀਫ ਨਹੀਂ ਕਰ ਰਿਹਾ ਕਿ ਤੁਹਾਡੇ ਕੋਲ ਜਿਹੜਾ ਸਟਾਫ ਉਹ ਜਾਣਦਾ ਹੋਊਗਾ ਇਸ ਚੀਜ਼ ਨੂੰ ਕਿ ਕਿਵੇਂ ਕੋਰਸ ਦੇਣਾ, ਬਟ ਇੱਕ ਬੱਚਾ ਵੀ ਧੱਕਾ ਕਰ ਰਿਹਾ ਕਿ ਜੀ ਮੇਰੀ ਟਰਾਈ ਕਰਕੇ ਦੇਖੋ, ਸ਼ਾਇਦ 50% ਦੇ ਉਸਮੇ ਵੀਜ਼ਾ ਲੱਗ ਵੀ ਜਾਂਦਾ ਹੈ ਕਭੀ ਐਸਾ। ਹਾਂ ਧੱਕਾ ਲੱਗ ਗਿਆ ਸਟੂਡੈਂਟ, हमारे पास एक स्टूडेंट का और केस आया, वो स्टूडेंट पहुंच गए इलेक्ट्रॉनिक्स टेक्नीशियन इलेक्ट्रिक मैकेनिकल टेक्नीशियन वाले प्रोग्राम में, कनाडा दे किसी कॉलेज पढ़ रहे हैं, वो सानू हुन फोन करके कह रहे हैं कि मैडम मैं उस कंसल्टेंट तो उत्थे चला गया लेकिन वो मेरे को नहीं हो रही, मैं फेल हो गया वहाँ, मैंने पूरा सेमेस्टर रिपीट करने लिए मेरे को पैसे भी नहीं है, मैं बिजनेस करा दो, मैं हॉस्पिटैलिटी करा दो, ना हूँ असी चेंज वहाँ जाके कॉलेज चेंज करना इज नॉट एट ऑल अ सूटेबल ऑप्शन। अब तो कॉलेजेस ने बंद भी कर दिया, पहले कॉलेजेस ले लेते थे, अभी ट्रांसफर केसेस बंद हो गए हैं, वो लोग एक दूसरे के केसेस नहीं ले रहे हैं, जब तक आप अपनी पहली
जो एजुकेशन है वो कंप्लीट नहीं करते फॉर एटलीस्ट अ ईयर। कई कॉलेजों को तो डीएल नंबर भी नहीं, जिन्होंने डीएलआई नंबर नहीं, डीएलआई नंबर नहीं है। सो थोड़ा जा प्लीज ध्यान बी केयरफुल के तुम जो प्रोग्राम जा रहे हो उत्थे ही रहो, उस कॉलेज के रहो, भजन वाली प्रवृत्ति के ना पो। एक बच्चे ने स्पैशल सरदार जी सवाल पूछा कि असं यूके की गल नहीं कर रहे कि असी सिर्फ उन्हें कंट्रीज की गल करते हैं कि जिन्हों के बिजनेस आता नहीं, ऐसी गल नहीं है, इस करके नहीं कर रहे कि यूके जाने वाले बच्चों की तादाद घट गई क्योंकि पी एस डबल्यू बंद हो गया। बट जे किसी बच्चे ने जेनुअनली पढ़न जाना है, उन्होंने पी एस डबल्यू नाल कोई मतलब नहीं, पी आर नाल कोई मतलब नहीं, अर्निंग नाल कोई मतलब नहीं, इस वक्त की स्टेटस है यूके वीजे? रणबीर जी, जो तुम मैं पर्सनली पूछो, मैं यूके हमेशा बायस्ड होवांगा बिकॉज मैं खुद यूके पढ़िया, मैं यूके 7.5 साल रहा। तो जो तुम मैं पूछो, मैं यूके की एजुकेशन सिस्टम नू बहुत हाईली रिकमेंड करांगा जी। इट्स अ वेरी सुपीरियर एजुकेशन सिस्टम जिथे यूनिवर्सिटीज़ बहुत ही चंगी है, उन्होंने फैसिलिटीज़ बहुत वधिया, उन्होंने कैंपसिज़ बहुत वधिया, उन्होंने टीचिंग स्टैंडर्ड टीचिंग पैटर्नस बड़े वधिया, उन्होंने द आउटकम बहुत वधिया है, तो वाइड वैरायटी ऑफ जो कोर्सिज है वह बहुत है जी। एट ग्लोबल ऑपरचुनिटी जी वी वर्क विद ऑलमोस्ट 80% ऑफ इंटायर यूके एजुकेशन सैक्टर। हाँ जी, एंड मैं खुद 80% यूनिवर्सिटीज़ के, मैं वुड से जी मैं खुद अबाउट मेजोरिटी ऑफ यूनिवर्सिटी कैंपसिस मैं खुद होकर आया। तो जिन्हें स्टूडेंट ने सैटलमेंट नहीं देखनी, जिन्हें सिर्फ पढ़न जाना है यूके, किस तरह के कॉलेज चूज किए जाने जी? 2009-10 के टायर टीयर फोर जो बच्चा टीयर फोर के जहाज भर गया, उन्होंने दिनों वीज़ा लेना सौखा से, टिकट लैनी औखी से, यह कहा जाता है कि टिकट लै लो वीज़ा मिल ही जाऊगा। उन्होंने दिनों ये हालात थे, बच्चे ने ना कॉलेज देखा ना प्रोग्राम देखा, फिर कॉलेज बंद होए और वड्डी तादाद दे विच लड़ाइयां हुई पंजाब दे विच कि साडे पैसे वापस कराओ। अज यूके जाने वाले बच्चे नू किस तरह का कॉलेज चूज करना चाहिए, उसकी रेपूटेशन वर्ल्ड वाइड हो, रैंकिंग अच्छी हो, कि भी आके जॉब कर सके? रणबीर जी, जो गल कर रहे हो 2009-10 के टाइम में जो छोटे छोटे कॉलेज मशरूम हुए थे, मशरूम अप हुए थे, इन्होंने एजुकेशन सिस्टम इन्ना खराब यूके का किया, इन्ना गंद बैड नेम लैके दिता, जिद कोई भी कॉलेज खोल लाता से दो कमरे का कॉलेज खोल के बस मार्केटिंग शुरू हो जाती है। हाँ जी, बट अज की डेट में जी जी यूनिवर्सिटीज हैगी नॉर्मली जी सर्वाइव करी, मेजोरिटी ऑफ दैम आई वुड से 95-98% जी है वह है गवर्नमेंट ओन्ड यूनिवर्सिटीज। तो वैन इट कम्स टू जी गवर्नमेंट ओन्ड यूनिवर्सिटीज, उन्होंने सारे की क्वालिटीज सेम रही है जी। द ओनली डिफरेंस इज इन द रिसर्च। जो स्टूडेंट ने जाना जी, अनलाइक आप अच्छे स्टूडेंट्स की गल करिए, बाकी क्रीम जिन्हें पढ़ने जाना है, जिन्हें जाना जी, देखो फर्स्ट ऑफ ऑल उन्होंने यह देखना कि यूके में जरा जरा बच्चा जा रहा है उन्होंने किड़े कोर्स लिए जाना है। कोर्स पर डिपेंड करता कि किस यूनिवर्सिटी का कोर्स का डिपार्टमेंट सब तो बेस्ट है, बिकॉज यूके यूनिवर्सिटीज आर बेस्ड ऑन कोर्सिज नॉट रैंकिंग्स। तो कई यूनिवर्सिटी का कोई कोर्स टॉप देगा, किसी का कोई लो होगा, तो उस तो बाद देखो कि उस दी उतो किड़े किड़े बच्चे ग्रैजुएट हुए हैं, किड़े बच्चे ग्रैजुएट हुए अक्रॉस द वर्ल्ड, बीट इंडिया या यूके या यूएसए, वो कितने कितने प्लेस हुए हैं। तो ओवरऑल आई वुड से स्टूडेंट्स जिन्होंने यूके तो ग्रैजुएशन अज भी कर रहे हैं, उन्होंने फिर भी बड़े चंगे जॉब्स मिल रही हैं, चाहे इंडिया हो चाहे एनी अदर पार्ट ऑफ द वर्ल्ड हो जी। रूल बहुत वड्डी तादाद दे विच वीजा भी लग्या, वड्डी तादाद दे विच रिफ्यूजल भी आई है, रिफ्यूजल वाले केस तुहाडे भी कोल भी आउंदे होणे, और ये भी चंगी गल हैगी कि कई बार दूजी तीजी चौथी बार पाया तो वीजा सक्सैस हो गया, हर कोई अपनी किस्मत अजमा रहा है। सो रिफ्यूजल केसां नूं टैक्निकली तुसीं किवें लैंदे हो, कि इट्स नोट कढ़ाना चाहिए नहीं कढ़ाना चाहिए, या किसी नूं तुसीं ये भी सुजैसट करदे हो कि वार वार ट्राई ना करे कि उहदा वीजा आउणा ही नहीं हैगा? सर, जदों उहदा प्रोफाइल चंगा नहीं है, जिसके 50% ही हैगे ने, कोर सब्जेक्ट्स विच नंबर ही नहीं हैगे, कुछ कुछ स्टूडेंट ने स्पेशली मैं पंजाब बोर्ड विच वेखे, जिन्हां दे जो जिहड़े कोर्स सब्जेक्ट्स जो 12th विच पढ़े ने, ਉਹ ਪੇਂਟਿੰਗ, ਫਿਜ਼ੀਕਲ ਐਜੂਕੇਸ਼ਨ, ਇੰਗਲਿਸ਼, ਪੰਜਾਬੀ 1, ਪੰਜਾਬੀ 2, ਤੇ ਜਦੋਂ ਉਹਦੇ ਉਹਨਾਂ ਦੇ ਕੋਲ ਕੋਈ ਕੋਰ ਸਬਜੈਕਟਸ ਹੈਗੇ ਹੀ ਨਹੀਂ, ਤੇ ਤੁਸੀਂ ਕੈਨੇਡਾ ਟਰਾਈ ਨਹੀਂ ਕਰੋ ਤੇ ਚੰਗਾ ਹੈ। ਬਾਕੀ ਜਿਹੜੇ ਸਟੂਡੈਂਟਸ ਦੇ ਘੱਟ ਨੰਬਰ ਨੇ ਉਹ ਟਰਾਈ ਕਰ ਸਕਦੇ ਨੇ, ਕਿਉਂਕਿ ਵੀਜ਼ਾ ਲੱਗਿਆ, ਤੁਸੀਂ ਉਹ ਫਿਰ ਬੈਟਰ ਯੂਨੀਵਰਸਿਟੀਜ਼ ਟਰਾਈ ਕਰੋ, ਜਿਹੜੇ ਪਾਥਵੇਜ਼ ਹੁੰਦੇ ਨੇ ਟੂ ਦਾ ਯੂਨੀਵਰਸਿਟੀਜ਼, ਤੁਸੀਂ ਡਿਗਰੀ ਦਾ ਆਫਰ ਲੈਟਰ ਲਵਾ ਕੇ ਤੁਸੀਂ ਜਾਓ, ਤੇ ਦੈਟ ਇਜ਼ ਈਵਨ ਬੈਟਰ। ਕਈ ਵਾਰੀ ਹੁੰਦਾ ਕਿ ਕਾਲਜ ਦੇ ਵਿੱਚ ਬੱਚਾ ਫੇਲ ਹੋ ਗਿਆ, ਫੋਰ ਐਗਜ਼ਾਮਪਲ 60% ਨੰਬਰ ਨੇ, ਬੈਂਡ ਵੀ ਠੀਕ ਨੇ, ਦੁਬਾਰਾ ਜਦੋਂ ਉਹਨੂੰ ਪਾਇਆ ਜਾਂਦਾ ਚੱਕ ਕੇ ਯੂਨੀਵਰਸਿਟੀ 'ਚ ਪਾ ਦਿੱਤਾ ਜਾਂਦਾ, ਕਿ ਇਹ ਠੀਕ ਹੈ ਕਿ ਰਿਜੈਕਟਡ ਕੇਸ ਜਿਹੜਾ ਦੁਬਾਰਾ ਯੂਨੀਵਰਸਿਟੀ 'ਚ ਪਾਇਆ ਜਾਵੇ, ਜਾਂ ਉਹਨੂੰ ਜਨਰਲ ਕੈਟਾਗਰੀ 'ਚ ਪੜ੍ਹਨਾ ਚਾਹੀਦਾ? ਸਰ, ਜਨਰਲ ਕੈਟਾਗਰੀ ਮੇ ਲਗਾਓ, ਲੇਕਿਨ ਯੂਨੀਵਰਸਿਟੀ ਕੈਟਾਗਰੀ ਆਫ ਕੋਰਸ ਬੈਟਰ ਹੋਤੀ ਹੈ, ਬਿਕੋਜ਼ ਯੂਨੀਵਰਸਿਟੀਜ਼ ਆਰ ਰਿਗਾਰਡਡ ਟੂ ਬੀ ਬੈਟਰ, ਉਨਕੀ 4 ਸਾਲ ਕੀ ਐਜੂਕੇਸ਼ਨ, ਬਿਕੋਜ਼ ਤਬ ਆਪਕੀ ਜੈਨੁਇਨਿਟੀ
क्रॉस चेक हो जाती है कि आप अब आप 4 साल के लिए वीजा लगाना चाह रहे हो, आप 4 साल के इकोनॉमी उनको सपोर्ट करना चाह रहे हो, तो वो कनाडा वाले जो सीआईसी के लोग हैं, दे आर ऑल्सो हैप्पी कि 4 साल के लिए आप इंटरनेशनल फीस दोगे तो वो भी बेटर है, और आपकी माइंडसेट, आपकी इंटेंशंस भी क्लियर हो जाती हैं कि आप एक्चुअली जाके पढ़ना चाहते हो। ਜਿਵੇਂ ਆਪਾਂ ਯੂਕੇ ਦੀ ਗੱਲ ਕੀਤੀ, ਹੋਰ ਬਹੁਤ ਸਾਰੇ ਕੰਟਰੀਜ਼ ਪੰਜਾਬ ਦੇ ਵਿੱਚ 1 ਜਾਂ 2 ਜਾਂ 6 ਮਹੀਨੇ ਲਈ ਐਡਵਰਟਾਈਜ਼ਮੈਂਟ ਆਈ, 100 ਕੁ ਬੱਚਾ ਚਲੇ ਗਿਆ, ਉਸ ਤੋਂ ਬਾਅਦ ਕਲੋਜ਼ ਚੈਪਟਰ, ਕਲੋਜ਼। ਆਇਰਲੈਂਡ ਉਹਨਾਂ ਦੇ ਵਿੱਚੋਂ ਇੱਕ ਦੇਸ਼ ਹੈ, ਚਿਹਤਾ ਕੰਟਰੀ ਰਿਹਾ ਪੰਜਾਬ ਦੇ ਸਟੂਡੈਂਟਸ ਲਈ, ਬਟ ਇਹਦੇ ਲਈ ਕਦੇ ਕੋਈ ਠੀਕ ਢੰਗ ਨਾਲ ਜਿਹੜੀ ਹੈਗੀ ਹੈ ਮੈਂ ਕਹੂੰਗਾ ਅਵੇਅਰਨੈਸ ਨਹੀਂ ਦਿੱਤੀ ਜਾਂਦੀ। ਸੋ ਤੁਸੀਂ ਬਤੌਰ ਗਲੋਬਲ ਓਪਰਚੁਨਿਟੀ ਕੀ ਕਹਿੰਦੇ ਹੋ ਕਿ ਆਇਰਲੈਂਡ ਪੰਜਾਬੀ ਸਟੂਡੈਂਟਸ ਲਈ ਗੁੱਡ ਹੈ? ਦੇਖੋ ਜੀ, ਆਇਰਲੈਂਡ ਵਿੱਚ ਇੱਕ ਇਹ ਬੈਨੀਫਿਟ ਹੈ ਕਿ ਜੇ ਸਟੂਡੈਂਟਸ ਜਾਂਦੇ ਹੈ ਉੱਥੇ ਸਿੱਧਾ 2 ਸਾਲ ਦਾ ਵਰਕ ਪਰਮਿਟ ਹੈਗਾ ਹੈ ਆਫਟਰ ਸਟੱਡੀਜ਼। ਐਂਡ ਮਾਈ ਅੰਡਰਸਟੈਂਡਿੰਗ ਇਸ ਜੀ, ਅੱਜ ਦੀ ਡੇਟ ਵਿੱਚ ਕਾਫੀ ਸਟੂਡੈਂਟਸ ਜਾ ਰਹੇ ਪੰਜਾਬ ਤੋਂ, ਯੂ ਰਾਈਟ, ਕੱਟ ਜਾ ਰਹੇ ਹੈ, ਬਟ ਓਵਰਆਲ ਬਾਕੀ ਇੰਡੀਆ ਦੇ ਪਾਰਟਸ ਤੋਂ ਕਾਫੀ ਸਟੂਡੈਂਟਸ ਜਾ ਰਹੇ ਹੈ, ਅਤੇ ਅੱਜ ਦੀ ਡੇਟ ਵਿੱਚ ਵੀ ਆਇਰਲੈਂਡ ਇੱਕ ਚੰਗੀ ਆਪਸ਼ਨ ਹੈ ਸਟੂਡੈਂਟਸ ਲਈ ਜਿਨ੍ਹਾਂ ਨੇ ਉੱਥੇ ਜਾ ਕੇ 2 ਸਾਲ ਦਾ ਵਰਕ ਪਰਮਿਟ ਲੈਣਾ। ਜਿਵੇਂ ਇਟ ਵਾਸ ਸੇਮ ਜਿਵੇਂ ਯੂਕੇ ਦਾ ਪਹਿਲੇ ਹੁੰਦਾ ਸੀ 2 ਸਾਲ ਦਾ ਵਰਕ ਪਰਮਿਟ, ਉਸ ਤੋਂ ਬਾਅਦ ਸਟੂਡੈਂਟ ਦੇ ਕੈਲੇਬਰ 'ਤੇ ਡਿਪੈਂਡ ਕਰਦਾ ਉਹ ਕਿੰਨਾ ਚੰਗਾ ਪਰਫਾਰਮ ਕਰਦਾ ਅਤੇ ਅੱਗੇ ਉਹਨੂੰ ਰਿਨਿਊ ਆਪਣਾ ਵਰਕ ਪਰਮਿਟ ਰਿਨਿਊ ਕਰਾ ਸਕਦਾ ਨਹੀਂ ਕਰਾ ਸਕਦਾ। ਤੁਸੀਂ ਕੀ ਸੁਜੈਸਟ ਕਰਦੇ ਹੋ, ਵਾਏ, ਇੱਕ ਸਵਾਲ ਸਿੰਪਲ ਜਾ ਜਾਂਦਾ ਕਿ ਵਾਏ ਆਇਰਲੈਂਡ, ਆਇਰਲੈਂਡ ਕਿਉਂ ਜਾਣਾ ਚਾਹੀਦਾ? ਚਲੋ ਵਰਕ ਪਰਮਿਟ ਤਾਂ ਮਿਲ ਗਿਆ, ਕੀ ਕੋਈ ਲੋਅ ਪਰਸੈਂਟੇਜ 'ਤੇ ਵੀਜ਼ਾ ਲੱਗਦਾ, ਘੱਟ ਬੈਂਡ 'ਤੇ ਵੀਜ਼ਾ ਲੱਗਦਾ, ਜਾਂ ਖਰਚਾ ਘੱਟ ਹੈ, ਜਾਂ ਸਕੋਪ ਬਹੁਤ ਜ਼ਿਆਦਾ ਉੱਥੇ? ਦੇਖੋ ਜੀ, ਆਈ ਵੁੱਡ ਨਾਟ ਸੇ ਕਿ ਆਇਰਲੈਂਡ ਵਿੱਚ ਖਰਚਾ ਘੱਟ ਹੈ, ਖਰਚਾ ਸੇਮ ਹੈ ਚਾਹੇ ਜਿੰਨਾ ਕੈਨੇਡਾ ਅਤੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਯੂਕੇ ਦਾ ਖਰਚਾ ਸੇਮ ਹੈ, ਅਤੇ ਜਿਹੜੇ ਵੀਜ਼ਾ ਰਿਕੁਆਇਰਮੈਂਟਸ ਹੈ, ਵੀਜ਼ਾ ਰਿਕੁਆਇਰਮੈਂਟਸ ਵੀ ਐਟ ਪਾਰ ਵਿਦ ਅਦਰ ਕੰਟਰੀਜ਼ ਹੈਗੀਆਂ, ਬਟ ਸਟੂਡੈਂਟਸ ਨੋਰਮਲੀ ਆਇਰਲੈਂਡ ਇਸ ਲਈ ਪ੍ਰੈਫਰ ਕਰੇ ਬਿਕੋਜ਼ ਨੰਬਰ 1 ਉਹ ਇੰਡੀਆ 'ਤੇ ਕਾਫੀ ਕਲੋਜ਼ ਹੈ, ਸੈਕਿੰਡਲੀ 2 ਸਾਲ ਦਾ ਵਰਕ ਪਰਮਿਟ ਵੀ ਮਿਲ ਰਿਹਾ ਜੀ, ਅਤੇ ਆਇਰਿਸ਼ ਇੰਸਟੀਟਿਊਸ਼ਨਸ ਦੀ ਕੁਆਲਿਟੀਜ਼ ਵੀ ਚੰਗੀਆਂ, ਜਿਹੜੇ ਆਇਰਿਸ਼ ਯੂਨੀਵਰਸਿਟੀਜ਼ ਹੈਗੀਆਂ ਉਹ ਚੰਗੀ ਕੁਆਲਿਟੀ ਦੀ ਯੂਨੀਵਰਸਿਟੀਜ਼ ਹੈਗੀਆਂ, ਅਤੇ ਸਟੂਡੈਂਟਸ ਨੂੰ ਐਂ ਪਤਾ ਕਿ 2 ਸਾਲ ਦਾ ਜੇ ਵਰਕ ਪਰਮਿਟ ਲੈ ਕੇ ਉੱਥੇ ਜੋਬ ਕਰਕੇ ਇੰਡੀਆ ਵਾਪਸ ਵੀ ਆਉਂਦੇ ਆ, ਜਾਂ ਕਿਤੇ ਹੋਰ ਅੱਗੇ ਨਿਕਲਣਾ ਚਾਹੁੰਦੇ, ਚਾਹੇ ਜਰਮਨੀ ਜਾਣਾ ਚਾਹੁੰਦੇ ਆ, ਜਾਂ ਬੇਸ ਬਣ ਜਾਂਦਾ ਉਹਦਾ, ਉਹਨਾਂ ਦਾ ਬੇਸ ਬਣ ਜਾਂਦਾ, ਉਹਨਾਂ ਨੂੰ ਕਹੋ ਜੋਬ ਦੀ ਇੱਕ ਕਰੀਅਰ ਐਡਵਾਂਟੇਜ ਮਿਲ ਜਾਂਦਾ ਉਹਨਾਂ ਨੂੰ ਜੀ। ਰੁਪਲ, ਜਿਵੇਂ ਸੈਮੀਨਾਰ ਵੀ ਹੋਣ ਜਾ ਰਹੇ ਨੇ ਇਸ ਤੋਂ ਪਹਿਲਾਂ, ਜਿਵੇਂ 9 ਮਈ ਤੋਂ ਪਹਿਲਾਂ ਜੇ ਬੱਚੇ ਨੇ ਕਿਤੇ ਸਪੈਸ਼ਲੀ ਜਨਵਰੀ ਇਨਟੇਕ ਜਾਂ ਸੈਪਟੈਂਬਰ ਇਨਟੇਕਸ ਲਈ ਕੰਟੈਕਟ ਕਰਨਾ ਹੋਵੇ, ਉਹਦੇ ਲਈ ਮੇਰੇ ਖਿਆਲ ਦਫ਼ਤਰਾਂ ਦੇ ਵਿੱਚ ਹੀ ਜਿਹੜਾ ਹੈਗਾ ਜਾਇਆ ਜਾ ਸਕਦਾ, ਨੰਬਰ ਫਲੈਸ਼ ਕੀਤੇ ਜਾ ਰਹੇ ਨੇ। ਬੱਚਿਆਂ ਦੇ ਕੁਐਸਚਨਸ ਹੈਗਾ ਕਿ ਸਾਨੂੰ ਜਿਹੜਾ ਸੈਪਟੈਂਬਰ 'ਚ ਕੋਰਸ ਲੈਣਾ, ਇਨ ਕੇਸ ਸਾਡੇ ਜਿਹੜੇ ਅੱਛੇ ਪਰਸੈਂਟੇਜ ਨਹੀਂ ਆਉਂਦੇ, ਕੰਡੀਸ਼ਨਲ ਜਿਹੜੀਆਂ ਲੈਟਰਸ ਲੈਣੀਆਂ, ਜਾਂ ਸਾਡੇ ਤੋਂ ਜਿਹੜੀ ਹੈਗੀ ਆ ਆਇਲਸ ਠੀਕ ਢੰਗ ਨਾਲ ਨਹੀਂ ਹੋ ਪਾਉਂਦੀ, ਸਾਨੂੰ ਦੁਬਾਰਾ ਚਾਂਸ ਲੈਣਾ ਪੈ ਗਿਆ, ਸਾਨੂੰ ਉਹ ਕੋਰਸ ਲੈਣੇ ਚਾਹੀਦੇ ਹੈ ਜਿਹੜੇ ਜਨਵਰੀ ਦੇ ਵਿੱਚ ਅਵੇਲੇਬਲ ਨੇ, ਤਾਂ ਹੀ ਡੈਫਰਡ ਕਰ ਪਾਵਾਂਗੇ, ਇਹ ਕੰਬੀਨੇਸ਼ਨ ਬਣਾਉਣਾ ਪਏਗਾ। ਉਹ ਦੈਟ ਇਜ਼ ਪ੍ਰੈਫਰਡ, ਅਗਰ ਆਪਕੇ ਆਇਲਸ ਕੰਡੀਸ਼ਨ ਨਹੀਂ ਆ ਰਹੀ ਤਾਂ ਰਾਦਰ ਦੈਨ ਸਟੂਡੈਂਟ ਵਨ ਨੈਕਸਟ ਸਪਟੈਂਬਰ ਕੇ ਲਈ ਜਾਂ ਫਿਰ ਨੈਕਸਟ ਮਈ ਕੇ ਲਈ ਡੈਫਰ ਹੋ ਜਾਏ, ਇਟ ਇਜ਼ ਬੈਟਰ ਕਿ ਯੂ ਕਿ ਪਰ ਲੈਣਾ ਉਹ ਪਏਗਾ ਜਿਹੜਾ ਜਨਵਰੀ ਚ ਅਵੇਲੇਬਲ ਹੋ, ਦੈਟ ਸ਼ੁੱਡ ਬੀ ਟੇਕਨ, ਨਹੀਂ ਤਾਂ ਫਿਰ ਸਾਰਾ ਦੁਬਾਰਾ ਆਫਰ ਲੈਟਰ ਦੁਬਾਰਾ ਉਹ ਦੁਬਾਰਾ ਆਏਗਾ, ਨਹੀਂ ਤਾਂ ਤੁਸੀਂ ਇੰਸਟੀਟਿਊਸ਼ਨ ਚੇਂਜ ਕਰਨਾ ਪਏਗਾ, ਸੋ ਉਹਦੇ 'ਚ ਤੁਸੀਂ ਫਿਰ ਪੈਸਾ ਵਾਪਸ ਮੰਗਾਓਗੇ, ਫਿਰ ਤੁਸੀਂ ਨੈਕਸਟ ਕਾਲਜ ਮੇ ਉਹ ਕਰੋਗੇ, ਦੁਬਾਰਾ ਅਪਲਾਈ ਕਰੋਗੇ, ਤਾਂ ਦੈਟਸ ਈਵਨ ਅ ਟੀਡੀਅਸ ਜੋਬ। ਸੋ ਇਟ ਇਜ਼ ਬੈਟਰ ਕਿ ਆਪ ਉਹ ਵਾਲੇ ਕੋਰਸਿਸ ਚੂਜ਼ ਕਰੋ ਜੋ ਜਨਵਰੀ 18 ਮੇ ਵੀ ਅਵੇਲੇਬਲ ਹੈ ਜੀ। ਸਰਦਾਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ 9 10 11 12 ਔਰ 14 ਨੂੰ ਸਪੈਸ਼ਲੀ ਜਿਹੜਾ ਸੈਮੀਨਾਰ ਹੈ, 100 ਤੋਂ ਵੱਧ ਇੰਸਟੀਟਿਊਸ਼ਨਸ ਪਾਰਟਿਸਿਪੇਟ ਕਰ ਰਹੇ ਨੇ, ਬੱਚਿਆਂ ਲਈ ਕੀ ਸਪੈਸ਼ਲ ਸੁਨੇਹਾ ਹੈਗਾ? ਮੈਂ ਜੇ ਸਟੂਡੈਂਟਸ ਨੂੰ ਕਹਾਂਗਾ ਕਿ ਸਾਡੇ ਐਗਜ਼ੀਬਿਸ਼ਨਸ ਤੇ ਜ਼ਰੂਰ ਆਣ, ਐਗਜ਼ੀਬਿਸ਼ਨਸ ਤੇ ਇਹਨਾਂ ਨੂੰ ਚੰਗਾ ਪਲੇਟਫਾਰਮ ਮਿਲੇਗਾ, ਇਹਨਾਂ ਨੂੰ ਚੰਗੀ ਕਰੀਅਰ ਐਡਵਾਈਸ ਮਿਲੇਗੀ, ਅਤੇ ਡੈਲੀਗੇਟਸ ਮਿਲਣਗੇ 100 ਯੂਨੀਵਰਸਿਟੀ ਇਸ ਤੋਂ ਜ਼ਿਆਦਾ, ਅਤੇ ਇਹਨਾਂ ਨੂੰ ਚੋਇਸ ਮਿਲੇਗੀ ਬਿਟਵੀਨ ਡਿਫਰੈਂਟ ਕੰਟਰੀਜ਼, ਲਾਈਕ ਐ ਸੈਡ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ ਐਸ ਏ, ਕਾਫੀ ਕੰਟਰੀਜ਼ ਦੀ ਚੋਇਸ ਮਿਲਣਗੇ, ਅਤੇ ਜੇ ਸਟੂਡੈਂਟਸ ਆਉਣਾ ਚਾਹੁੰਦੇ ਆ ਜੀ ਆਇਆਂ ਨੂੰ ਮੋਸਟ ਵੈਲਕਮ, ਅਤੇ ਪਲੀਜ਼ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਆਇਓ, ਫੋਟੋ ਕਾਪੀਜ਼, 10th ਪਲੱਸ 2 ਡਿਗਰੀ, ਮਤਲਬ ਵਟ ਐਵਰ ਰੀਸੈਂਟ ਡਾਕੂਮੈਂਟਸ ਜਿਹੜੇ ਹੈਗੇ ਤੁਹਾਡੇ ਕੋਲ, ਸਾਰੇ ਡਾਕੂਮੈਂਟਸ ਲੈ ਕੇ ਆਓ, ਅਤੇ ਸਾਡੀ ਐਕਸਪਰਟ ਟੀਮ ਹੋਏਗੀ ਜਿਹੜੀ ਤੁਹਾਨੂੰ ਪਹਿਲੇ ਕਰੀਅਰ ਕਾਉਂਸਲਿੰਗ ਕਰੇਗੀ, ਉੱਥੇ ਤੁਹਾਡੀ ਪ੍ਰੋਫਾਈਲ ਮੈਚਿੰਗ ਕਰੇਗੀ, ਉਸ ਤੋਂ ਬਾਅਦ ਤੁਹਾਨੂੰ ਸਹੀ ਇੰਸਟੀਟਿਊਸ਼ਨ ਤੇ ਕੰਟਰੀ ਤੁਹਾਡੀ ਚੋਇਸ ਦੀ ਰੈਫਰ ਕਰੇਗੀ। ਪਹਿਲਾਂ ਸਟਾਫ ਤੁਹਾਡਾ ਜਿਹੜਾ ਹੈਗਾ ਉਹ ਅਸੈਸਮੈਂਟ ਕਰੇਗਾ। ਬਿਲਕੁਲ ਜੀ, ਬਿਲਕੁਲ। ਉਸ ਤੋਂ ਬਾਅਦ ਫਿਰ ਅੱਗੇ ਰੈਫਰ ਕੀਤਾ ਜਾਏਗਾ। ਸੋ 100 ਤੋਂ ਬਾਅਦ ਇੰਸਟੀਟਿਊਸ਼ਨ ਦਾ ਤੁਸੀਂ ਲਾਭ ਉਠਾ ਸਕਦੇ ਹੋ। ਡਿਟੇਲ ਇੱਕ ਵਾਰੀ ਫਿਰ ਬੋਲੂੰਗਾ ਜੀ, 9 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, 10 ਨੂੰ ਜਲੰਧਰ, 11 ਨੂੰ ਲੁਧਿਆਣਾ, 12 ਨੂੰ ਚੰਡੀਗੜ੍ਹ, ਅਤੇ 14 ਤਰੀਕ ਨੂੰ ਦਿੱਲੀ ਦੇ ਵਿੱਚ ਜਿਹੜਾ ਸੈਮੀਨਾਰ ਹੋਣ ਜਾ ਰਿਹਾ, ਇਹਦੇ ਵਿੱਚ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ। ਅਪੁਆਇੰਟਮੈਂਟ ਲਈ ਨੰਬਰ ਫਲੈਸ਼ ਕਰਨ ਦਾ ਇੱਕੋ ਮਤਲਬ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨਸ ਹੈਗੀ ਜਾਂ ਸਟਾਫ ਦੇ ਨਾਲ ਗੱਲਬਾਤ ਕਰਕੇ ਜਿਹੜੀ ਹੈਗੀ ਆਪਣੀ ਉਹ ਕਨਫਿਊਜ਼ਨ ਮਿਟਾ ਸਕਦੇ ਹੋ। ਸ਼ੋਅ ਇੱਥੇ ਖਤਮ ਕਰ ਰਹੇ ਹਾਂ, ਪਰ ਇਸ ਵਾਅਦੇ ਦੇ ਨਾਲ ਕਿ ਕੱਲ੍ਹ ਨੂੰ ਇਹੀ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ। ਰੁਪਲ, ਤੁਹਾਡਾ ਵੀ ਧੰਨਵਾਦ, ਉਸ ਦਰਦ ਜੀ ਤੁਹਾਡਾ ਵੀ ਸ਼ੁਕਰੀਆ, ਔਰ ਦਰਸ਼ਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਤੁਸੀਂ ਸਾਨੂੰ ਵਨ ਸਵਾਲ ਭੇਜਦੇ ਹੋ। ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ ਧੰਨਵਾਦ।